ਸੋ ਜਿਹੜੀ ਸਾਰਿਆਂ ਨੂੰ ਵੱਡੀ ਨਿਊਜ਼ ਕੱਲ ਆਈ ਸੀਗੀ ਉਸ ਕੀ ਆ ਚਲੋ ਆਪਾਂ ਥੋੜਾ ਜਿਹਾ ਬੈਕਗ੍ਰਾਉਂਡ ਚ ਚੱਲਦੇ ਪਹਿਲਾਂ ਜੂਨ 21 ਨੂੰ ਐਨਵੀਡੀਆ ਨੇ ਸਟਾਕ ਸਪਲਿਟ ਅਨਾਉਂਸ ਕੀਤਾ ਸੀ ਜੁਲਾਈ ਤੱਕ ਜੂ ਉਹਦੇ ਵਿੱਚ 35% ਦੀ ਗ੍ਰੋਥ ਆਈ ਸੀ ਐਨਵੀਡੀਆ ਦੇ ਸਟਾਕ ਦੇ ਸੋ ਯਾਦ ਹੋਣਾ ਮੇਰੀਆਂ ਪਹਿਲੀਆਂ ਵੀਡੀਓ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਪੂਰਾ ਸਾਲ 81% ਗ੍ਰੋਥ ਦਿੱਤੀ ਸੀ ਐਨਵੀਡੀਆ ਦੇ ਸਟਾਕ ਨੇ ਆਫਟਰ ਅਨਾਊਂਸਿੰਗ ਦਾ ਸਪਲਿਟ ਉਤੋਂ ਹੀ ਪਹਿਲਾਂ ਟੈਸਲਾ ਨੇ ਅਨਾਉਂਸਮੈਂਟ ਕੀਤੀ ਸੀ ਸਟਾਕ ਸਪਲਿਟ ਦੀ ਯਾਦ ਹੋਣਾ ਤੁਹਾਨੂੰ ਸਾਰੇ ਉਹਨਾਂ ਨੇ 5 ਸ਼ੇਅਰ ਦਿੱਤੇ ਸੀ 1 ਸ਼ੇਅਰ ਦੇ ਬਦਲੇ ਜੇ ਨਹੀਂ ਪਤਾ ਲਾਸਟ 5 ਸਾਲਾਂ ਦੇ ਵਿੱਚ ਟੈਸਲਾ ਦੇ ਸ਼ੇਅਰ ਜਿਹੜੇ ਆ 1752% ਗਰੋ ਹੋ ਚੁੱਕੇ ਆ ਫਿਰ Apple ਨੇ ਵੀ ਸਟਾਕ ਸਪਲਿਟ ਅਨਾਉਂਸ ਕੀਤਾ ਸੀ ਤੁਹਾਨੂੰ ਯਾਦ ਹੋਣਾ ਜਿਹੜੇ ਜਿਹੜੇ ਮੈਨੂੰ ਸ਼ੁਰੂ ਤੋਂ ਫੋਲੋ ਕਰਦੇ ਆ ਮੈਂ ਤੁਹਾਨੂੰ ਦੱਸਿਆ ਸੀ ਫਿਗਰ ਨਹੀਂ ਮੈਂ ਨਾਲ ਲੈਣਾ ਹੁਣ ਉਹ ਮੇਰਾ ਸਾਰਿਆਂ ਨਾਲੋਂ ਵੱਡਾ ਟ੍ਰੇਡ ਸੀ Apple ਦੇ ਸਟਾਕ ਸਪਲਿਟ ਦਾ ਲੱਭੋ ਤਾਂ ਜਾਣੋ ਉਹ ਵੀਡੀਓ ਨੂੰ ਪਰ ਹੁਣ ਜਿਹੜੀ ਆ ਭਾਅ ਅੱਜ ਕੱਲ੍ਹ ਕਰਨੀ ਆ ਜਿਹੜੀ ਕੱਲ ਅਨਾਉਂਸ ਹੋਈ ਆ ਉਹ ਹੈਗੀ ਆ Google ਵਾਲਿਆਂ ਦੀ ਤੇ Google ਵਾਲਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਕਿ Google ਕੰਪਨੀ ਕਿੰਨੀ ਚੰਗੀ ਏ ਭਾਈ ਲਾਸਟ 7 ਕੋਟਰਾਂ ਤੋਂ ਭਾਈ Google ਵਾਲੇ ਬਹੁਤ ਪ੍ਰੋਫਿਟ ਦੇ ਰਹੇ ਨੇ ਇੱਕ ਵੀ ਰੈਡ ਫਿਗਰ ਨਹੀਂ ਆਈ ਲਾਸਟ 7 ਕੋਟਰ ਕੰਟੀਨਿਊਸ Google ਵਾਲੇ ਪ੍ਰੋਫਿਟ ਤੇ ਪ੍ਰੋਫਿਟ ਤੇ ਪ੍ਰੋਫਿਟ ਦੇ ਆ ਰਹੇ ਨੇ ਜਿਹੜੀ ਕੱਲ ਅਨਾਊਂਸਮੈਂਟ ਹੋਈ ਉਹਦੇ ਚ ਤਾਂ ਹੱਦ ਹੀ ਕਰ ਦਿੱਤੀ ਇਹਦਾ ਫੋਰਕਾਸਟਾਈ ਸੀ ਉਹਨਾਂ ਨੇ 30 ਅਚੀਵ ਕੀਤਾ। ਕਮਲੇ ਤਾਂ ਰੈਵਨਿਊ 72 ਬਿਲੀਅਨ ਸੀ। ਉਹਨਾਂ ਨੇ 75 ਬਿਲੀਅਨ ਅਚੀਵ ਕੀਤਾ। ਉੱਤੋਂ ਕਮਲੇ ਪਤਾ ਕੀ ਕਹਿੰਦੇ? ਜੇ ਤੁਸੀਂ ਇੱਕ ਸ਼ੇਅਰ ਓਨ ਕੀਤਾ ਤਾਂ ਅਸੀਂ ਤੁਹਾਨੂੰ ਹੁਣ 25 ਸ਼ੇਅਰ ਕਰ ਦੇਵਾਂਗੇ ਇੱਕ ਸ਼ੇਅਰ। ਇਹ ਤਾਂ ਬਾਲਾ ਜ਼ੁਲਮ ਹੈ। ਇੰਨੇ ਪੈਸੇ ਨਾ ਬਣਵਾਓ ਸਾਡੇ ਬਾਬਾ ਜੀ ਗੂਗਲ ਜੀ ਇੰਨੇ ਪੈਸੇ ਨਾ ਬਣਵਾਓ ਸਾਡੇ ਜੇ ਪੰਝੀ ਸਪਲਿਟ ਹੋ ਕੇ ਇੱਕ ਇੱਕ ਸ਼ੇਅਰ ਵਾਪਸ 900 ਦੇ ਲੱਗ ਕੇ ਪਹੁੰਚ ਜਾਏਗਾ ਤਾਂ ਉਹ 1 ਲੱਖ ਡਾਲਰ ਦਾ ਪ੍ਰੋਫਿਟ ਤੇ ਈਗਾ ਅੱਜ ਦੇ ਅਜੇ ਮੁਤਾਬਕ ਸਪਲਿਟ ਹੋਣ ਤੱਕ ਇਹਦੀ ਗਰੋਥ ਐਟ ਲੀਸਟ 7 8 900 ਡਾਲਰ ਹੋਣੀ ਚਾਹੀਦੀ ਹੈ ਪਰ ਸ਼ੇਅਰ ਮਤਲਬ ਜੇ ਤੁਸੀਂ ਹੁਣ ਪੰਝੀ ਸ਼ੇਅਰ ਓਨ ਕੀਤੇ ਆ ਦਾ ਉਹਦਾ प्रॉफिट 1 ਲੱਖ ਡਾਲਰ ਦੇ ਬਰਾਬਰ ਹੋ ਸਕਦੇ ਸਪਲਿਟ ਹੋਣ ਤੱਕ ਜੇ इवन ਸਪਲਿਟ ਤੋਂ ਬਾਅਦ ਤਾਂ ਬਹੁਤ ਵੱਡਾ ਹੋ ਸਕਦਾ ਹੈ ਜੇ ਤੁਸੀਂ 50 ਸ਼ੇਅਰ ਓਨ ਕਰਦੇ ਹੋ ਤਾਂ ਸਪਲਿਟ ਹੋਣ ਤੱਕ ਉਹਦਾ ਜਿਹੜਾ ਪ੍ਰੋਫਿਟ ਹੈ 2,47,000 ਤੋਂ ਉੱਪਰ ਐਗਰੀਗੇਟ ਕੀਤਾ ਜਾ ਰਿਹਾ ਹੈ ਤੁਸੀਂ Google ਦਾ 100 ਸ਼ੇਅਰ ਓਨ ਕਰਦੇ ਹੋ ਤਾਂ ਕੈਲਕੂਲੇਸ਼ਨ ਦੇ ਮੁਤਾਬਕ ਤੁਹਾਨੂੰ 4 ਲੱਖ ਤੋਂ ਜ਼ਿਆਦਾ ਦਾ ਪ੍ਰੋਫਿਟ ਹੋ ਸਕਦਾ ਹੈ ਜੇ ਸਾ ਹਨ ਸਾਡੀਆਂ ਕੈਲਕੂਲੇਸ਼ਨ ਚੱਲ ਰਹੀਆਂ ਨੇ ਹੁਣ ਤੋਂ ਲੈ ਕੇ ਸਪਲਿਟ ਹੋਣ ਤੱਕ ਜਿਹੜੀ ਸਾਨੂੰ ਗਰੋਥ ਆਫਰ ਹੋਏਗੀ। ਓਹ ਮਜ਼ਾ ਬਹੁਤ ਹੈ ਇੰਨਾ ਮਜ਼ਾ ਆਊਗਾ ਨਾ ਮੈਂ ਦੱਸ ਨਹੀਂ ਸਕਦਾ। ਇਹ ਤਾਂ ਪਤਾ ਸੀ ਕਿ Google ਵਾਲਿਆਂ ਨੇ ਸਾਡੀ ਥਾਲੇ ਨੂੰ ਕੁਕੀਆਂ ਤੋਂ ਸਾਡੀ ਹਿਸਟਰੀ ਪੜ ਲੱਗ ਜਾਂਦੀ ਆ। ਇਹ ਸਾਡੇ ਦਿਲ ਦੀ ਗੱਲ, ਮਨ ਦੀ ਬਾਤ ਕਿੱਦਾਂ ਪਤਾ ਲੱਗਦੀ ਏ? ਸਾਨੂੰ ਨਹੀਂ ਪਤਾ ਭਾਈ। ਹੁਣ ਤਾਂ ਨਜ਼ਾਰਾ ਆਜਵੇਂ ਜੇ ਐਮਾਜ਼ਨ ਵਾਲੇ ਵੀ ਥੋੜੀ ਅਕਲ ਕਰ ਲੈਣ ਤੇ ਗੂਗਲ ਦਾ ਪਿੱਛਾ ਕਰ ਲੈਣ ਮਤਲਬ 2022 ਦੇ ਵਿੱਚ ਅਸੀਂ ਤਾਂ ਮੱਲਾ ਮਾਲ